ਪੰਜਾਬ 'ਚ ਨਗਰ ਨਿਗਮ ਦੀਆਂ ਚੋਣਾਂ 14 ਫਰਵਰੀ ਨੂੰ। ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਸ਼ੁਰੂ ਬਗਾਵਤ। 5 ਸਾਲ 'ਚ ਦੂਜੀ ਵਾਰ ਅਕਾਲੀ ਦਲ ਨੇ ਪਾਰਟੀ 'ਚ ਕੱਢਿਆ ਕੁਲਵੰਤ ਸਿੰਘ ਨੂੰ। ਮੋਹਾਲੀ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ ਕੁਲਵੰਤ ਸਿੰਘ। ਅਕਾਲੀ ਦਲ ਖਿਲਾਫ ਖੁੱਲ੍ਹ ਕੇ ਬੋਲੇ ਕੁਲਵੰਤ ਸਿੰਘ, ਕਿਹਾ ਮੈਂ ਲੜਨ ਲਈ ਤਿਆਰ ਹਾਂ। ਕੁਲਵੰਤ ਸਿੰਘ ਦੇ ਪਾਰਟੀ 'ਚ ਕੱਢੇ ਜਾਣ ਤੋਂ ਬਾਅਦ ਪਾਰਟੀ ਨੇਤਾਵਾਂ 'ਚ ਰੋਸ। ਕੁਲਵੰਤ ਸਿੰਘ ਦੇ ਸਮਰਥਨ 'ਚ 28 ਹੋਰ ਨੇਤਾਵਾਂ ਨੇ ਦਿੱਤਾ ਅਸਤੀਫਾ।